ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Hello everyone, the question is simplify the expression and evaluate them as directed x into x minus 3 plus 2 for x is equals to 1. The sun expression is there. Simplify karna hai, evaluate karna hai, x the value diti hai 1. Thik hai? Ta, sab to pehle asi likh lunge value x into x minus 3 plus 2. Thik hai? ਹੁਣ ਅਸੀਂ ਇਸਨੂੰ ਸਿੰਪਲੀਫਾਈ ਕਰ ਲੂੰਗੇ, ਠੀਕ ਹੈ। ਬ੍ਰੈਕਿਟ ਓਪਨ ਕਰੂੰਗੇ ਤਾਂ ਕੀ ਹੋ ਜਾਊਗਾ, x ਇਨਟੂ x ਮਾਈਨਸ x ਮਲਟੀਪਲਾਈ 3 ਪਲੱਸ 2, ਠੀਕ ਹੈ। ਯਾਨੀ ਕਿ ਕੀ ਹੋ ਜਾਊਗਾ, x ਸਕੁਅਰ ਮਾਈਨਸ 3x ਪਲੱਸ 2, ਠੀਕ ਹੈ। ਹੁਣ ਸਿੰਪਲੀਫਾਈ ਹੋ ਗਿਆ, ਹੁਣ ਸਾਨੂੰ ਕੀ ਕਿਹਾ ਕਿ x ਦੀ ਵੈਲਿਊ 1 ਇਹਦੇ ਵਿੱਚ ਪੁੱਟ ਕਰਨੀ ਹੈ ਤੇ ਵੈਲਿਊ ਫਾਈਂਡ ਕਰਨੀ ਹੈ, ਠੀਕ ਹੈ। ਤਾਂ ਅਸੀਂ ਲਿਖ ਸਕਦੇ ਹਾਂ ਕਿ at x is equals to 1, ਕਿ ਜਦੋਂ ਅਸੀਂ x ਨੂੰ 1 ਲਿਆ, ਠੀਕ ਹੈ, ਤਾਂ ਕੀ ਹੋਏਗਾ, ਸਾਡਾ ਕੁਐਸਚਨ ਕੀ ਹੈ, x ਸਕੁਅਰ ਮਾਈਨਸ 3x ਪਲੱਸ 2, ਯਾਨੀ ਕਿ 1 ਦਾ ਸਕੁਅਰ ਮਾਈਨਸ 3 ਮਲਟੀਪਲਾਈ 1 ਪਲੱਸ 2, ਯਾਨੀ ਕਿ ਕੀ ਆ ਜਾਊਗਾ, 1 ਮਾਈਨਸ 3 ਪਲੱਸ 2, 1 ਮਾਈਨਸ 3 ਕਿੰਨਾ ਹੁੰਦਾ ਹੈ ਮਾਈਨਸ 2 ਪਲੱਸ 2, ਯਾਨੀ ਕਿ ਇਹ ਕਿੰਨਾ ਆ ਜਾਏਗਾ 0, ਠੀਕ ਹੈ। ਹੁਣ ਸਾਨੂੰ ਇਹੀ ਫਾਈਂਡ ਕਰਨਾ ਸੀ, ਠੀਕ ਹੈ, ਕਿ ਫੋਰ x ਇਜ਼ ਇਕੁਅਲ ਟੂ 1 ਕੀ ਵੈਲਿਊ ਆਏਗੀ ਸਾਡੀ। ਤਾਂ ਇਹ ਸਾਡਾ ਆਨਸਰ ਹੈ, ਠੀਕ ਹੈ। ਥੈਂਕ ਯੂ।